ਜਿਹੜੇ ਸਿੰਘਾਂ ਦੇ ਸਰੀਰ ਬੜੀ ਜਿੱਦੋ ਜਹਿਦ ਨਾਲ ਲਿਆਂਦੇ ਗਏ ਤੇ ਆਪਣਾ ਗੁਰੂ ਰਾਮਦਾਸ ਸਰਾਂ ਚ ਰੱਖੇ ਗਏ ਉੱਥੇ ਫਿਰ ਕੁਝ ਸਿੰਘਾਂ ਨੇ ਮਤਲਬ ਕਿ ਜਜ਼ਬਾਤ ਵਿੱਚ ਜਾਂ ਆਪਣੇ ਰਵਾਇਤੀ ਜਿਹੜੀ ਸਾਡੀ ਮਾਨ ਮਰਜ਼ਾ ਤੁਰੀ ਆਉਂਦੀ ਹੈ ਵੀ ਜਿਹੜਾ ਕੋਈ ਸਾਡੇ ਤੇ ਕੋਈ ਭਾਜੀ ਚਾੜਦਾ ਉਹਦੀ ਉਤਾਰਨੀ ਵੀ ਹੈ ਫਿਰ ਸਿੰਘਾਂ ਨੇ ਉੱਤੇ ਗੱਲ ਕਹੀ ਸੀ ਕਿ ਸਿੰਘੋ ਤੁਹਾਡਾ ਖੁੱਲ੍ਹੇ ਡੁੱਲਿਆ ਹੋਇਆ ਖੂਨ ਅਜਾਈ ਨਹੀਂ ਜਾਏਗਾ ਅਸੀਂ ਇਹਦਾ ਬਦਲਾ ਜ਼ਰੂਰ ਚੁਕਾਵਾਂਗੇ ਇਹ ਸਰਾਂ ਦੇ ਵਿੱਚ ਜਿਹੜੇ ਸਿੰਘ ਸੀ ਇਕੱਠੇ ਹੋਏ ਹੋਏ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਾਈ ਅਮਰੀਕ ਸਿੰਘ ਜੀ ਹੋਰ ਜਿਹੜੇ ਅਖੰਡ ਕੀਰਤਨ ਜਿਹੇ ਦੇ ਸਿੰਘ ਸੀਗੇ ਇਹ ਸਿੰਘਾਂ ਸਾਰਿਆਂ ਨੇ ਉੱਥੇ ਇਹ ਚੀਜ਼ ਦੇ ਵਚਨਬੱਧ ਹੋਏ ਉਸ ਤੋਂ ਬਾਅਦ ਉਹਨਾਂ ਦੇ ਸਰੀਰਾਂ ਨੂੰ ਫਿਰ ਟਰੱਕ ਵਿੱਚ ਪਾ ਕੇ ਤੇ ਜਿਹੜਾ ਵਿਵੇਕ ਸਰ ਗੁਰਦੁਆਰਾ ਸਾਹਿਬ ਹੈ ਉੱਥੇ ਸੰਸਕਾਰ ਕਰਨ ਵਾਸਤੇ 13 ਸਿੰਘਾਂ ਦੇ ਹੀ ਸੰਸਕਾਰ ਉੱਥੇ ਫਿਰ ਕੀਤੇ ਗਏ ਇਹ ਸਾਰਾ ਕਾਰਨ ਮਤਲਬ ਜਿਹੜੇ ਉਹ ਦੜਦੜਾਉਂਦੇ ਜਿਹੜੇ ਸੀ ਨਰਕ ਧਾਰੀ ਗੁਰਬਚਨ ਸਿੰਘ ਤੇ ਉਹਦੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਸਮੇਂ ਦੀ ਉਸ ਵੇਲੇ ਸਰਕਾਰ ਨੇ ਜਿਹੜਾ ਸੀ ਉੱਥੋਂ ਕੱਢਿਆ ਅਤੇ ਉੱਥੋਂ ਫਿਰ ਉਹਨਾਂ ਨੂੰ ਮਤਲਬ ਕਿ ਸੁਰੱਖਿਅਤ ਆਪਣੀ ਜਗ੍ਹਾ ਤੇ ਭੇਜ ਦਿੱਤਾ ਗੱਲਬਾਤ ਨਾ ਸਿਰੇ ਲੱਗੀ ਤਾਂ ਉਸ ਵੇਲੇ ਫਿਰ ਸੰਤਾਂ ਨੇ ਸਾਰੇ ਸਿੰਘਾਂ ਨੂੰ ਬੁਲਾਇਆ 250-300 ਸਿੰਘ ਜਿਹੜਾ ਸੀਗਾ ਸੰਤਾਂ ਦੇ ਕੋਲੇ ਹਾਂਜੀ ਸਿੰਘ ਅਕਾਲ ਰੈਸਟ ਹਾਊਸ ਜਿਹੜੇ ਪ੍ਰਸਾਦ ਨਾਲ ਸਿੰਘ ਨੇ ਵਿੱਚ ਬੈਠੇ ਨੇ ਗੁਰੂ ਰਾਮਦਾਸ ਸਰਾਂ ਚ ਨੇ ਨਾਨਕ ਨਿਵਾਸ ਵਿੱਚ ਨੇ ਇਹ ਸਾਰੇ ਕਮਰੇ ਖਾਲੀ ਕਰ ਦਿਓ ਅੱਛਾ ਜੀ ਇਹ 15 ਦਸੰਬਰ 1983 ਨੂੰ ਇਹ ਫੈਸਲਾ ਹੋਇਆ ਠੀਕ ਹੈ ਝਗੜਾ ਨਹੀਂ ਕਰਨਾ ਆਪਾਂ ਨੇ ਉਹ ਭਾਵੇਂ ਝਗੜਾ ਕਰਾਉਣ ਦੇ ਮੂਡ ਵਿੱਚ ਸੀਗੇ ਆਰ ਪੀਡੋ ਕਰਨ ਵਾਸਤੇ ਸਭ ਕੁਝ ਹੋ ਰਿਹਾ ਸੀ ਕਿਸੇ ਢੰਗ ਨਾਲ ਸੰਤ ਜਰਨੈਲ ਸਿੰਘ ਨੂੰ ਨੀਚਾ ਦਿਖਾਇਆ ਜਾਵੇ ਅੱਛਾ ਜੀ ਪਰ ਲੇਕਿਨ ਗੁਰੂ ਸਾਹਿਬ ਦੇ ਇੱਕ ਬਚਨ ਨੇ ਭਾਈ ਰਘਵੀਰ ਸਿੰਘ ਜੀ ਜਾਮ ਗੁਰੂ ਹੋਏ ਬਲ ਦੀਜੈ ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਆ ਕੀਜੈ ਹਾਂਜੀ ਉਹ ਗੁਰੂ ਪਾਤਸ਼ਾਹ ਦੇ ਉੱਤੇ ਉਹ ਨਿਰਭਰ ਸੀਗੇ ਉਹਨਾਂ ਦੀ ਵਿਚਾਰਧਾਰਾ ਸੀ ਉਹ ਪੱਕੇ ਦ੍ਰਿੜ ਇਰਾਦੇ ਵਾਲੇ ਸੀ ਇਸ ਗੱਲ ਦੇ ਉੱਤੇ ਹਾਂਜੀ ਹਮੇਸ਼ਾ ਸਿੰਘੋ ਆਪਾਂ ਸਿੰਘਾਂ ਦੇ ਉੱਤੇ ਹੱਥ ਨਹੀਂ ਚੁੱਕਣਾ ਆਪਣੇ ਭਰਾ ਨੇ ਪਰ ਲੇਕਿਨ ਉਹ ਹਰ ਪੱਖ ਤੋਂ ਉਹਨਾਂ ਨਾਲ ਵਧੀਕੀ ਕਰਦੇ ਰਹੇ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀਆਂ ਕਿਤਾਬਾਂ ਜਾਂ ਇਹ ਚੀਜ਼ਾਂ ਰਹਿ ਜੂਗੀਆਂ ਲੇਕਿਨ ਕੋਈ ਜਿੱਦਾਂ ਐਵੀਡੈਂਸ ਆਪਾਂ ਕਹਿ ਸਕਦੇ ਪ੍ਰੂਫ ਜਿਹੜੇ ਆ ਜਿੱਦਾਂ ਬੰਦਾ ਜੀਂਦਾ ਜਾਗਦਾ ਗੱਲ ਕਹਿ ਰਿਹਾ ਉਹਦੀ ਵੀਡੀਓ ਆ ਉਹਦੀ ਗੱਲ ਆ ਉਹ ਇਤਿਹਾਸ ਸਾਡੇ ਕੋਲ ਰਹੂਗਾ ਤਾਂ ਉਹਨਾਂ ਨੇ ਮਤਲਬ ਭੜਕਾੜ ਵਿੱਚ ਆ ਕੇ ਦੋਨੇ ਬੱਸਾਂ ਸਾਰੀਆਂ ਨੂੰ ਅਗਲਾ ਦਿੱਤੀ ਅੱਛਾ ਜੀ ਪਿੰਡ ਦੇ ਘਰ ਘਰ ਨੂੰ ਉਹਨਾਂ ਨੇ ਤਲਾਸ਼ੀ ਕੀਤੀ ਹਾਂਜੀ 1,00,000 ਤੋਂ ਵੱਧ ਉੱਥੇ ਗਹਿਣਾ ਉਹਨਾਂ ਨੇ ਲੁੱਟਿਆ ਉਸ ਵੇਲੇ ਹਾਂਜੀ ਮਤਲਬ ਕਿ ਇਹ ਜਿਹੜੀ ਗੱਲ ਹੈ ਮਤਲਬ ਕਿ ਉਹ ਜਦੋਂ ਫਿਰ ਮਹਾਂਪੁਰਖ ਇੱਥੇ ਪਹੁੰਚ ਗਏ ਉਦੋਂ ਬਾਅਦ ਉਹਨਾਂ ਨੇ ਸਿੰਘਾਂ ਨੂੰ ਬਾਬਾ ਠਾਕੁਰ ਸਿੰਘਾਂ ਨੂੰ ਵੀ ਬਾਕੀ ਸਿੰਘਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਫਿਰ ਮਹਾਂਪੁਰਖਾਂ ਦੇ ਕਹਿਣ ਤੇ ਜਦੋਂ ਇੱਥੇ ਇਹ ਸੰਤਾਂ ਨੇ ਸ਼ਰਤ ਰੱਖੀ ਵੀ ਮੈਂ ਤਾਂ ਗ੍ਰਿਫਤਾਰੀ ਦਿਊਂਗਾ ਪਹਿਲਾਂ ਸਾਰੇ ਸਿੰਘ ਮੇਰੇ ਇੱਥੇ ਰਿਹਾ ਕਰਕੇ ਸਾਡੇ ਕੋਲ ਭੇਜੋ ਫਿਰ ਉਹ ਸਿੰਘ ਸਾਰੇ ਆ ਗਏ 5,00,000 ਤੋਂ ਬਾਅਦ ਉੱਥੇ ਉਸ ਦਿਨ ਮੇਰਾ ਇਕੱਠ ਸੀ ਬੜਾ ਵੱਡਾ ਜਿਹਦੇ ਸੰਤਾਂ ਨੇ ਗ੍ਰਿਫਤਾਰੀ ਦਿੱਤੀ ਉਸ ਦਿਨ ਮਹਾਂਪੁਰਖਾਂ ਨੇ ਉਹ ਤਾਂ ਦਸਤਾਰ ਸਾਰੀ ਨੀਲੀਓ ਬੰਨਦੇ ਹੁੰਦੇ ਸੀ ਭਾਵੇਂ 4 ਸਿੰਘ ਨੇ ਖਾਲਸੇ ਦੇ ਕਿੱਤਾ ਪੀਲਾ ਤੇ ਕਾਲਾ ਤੇ ਨੀਲਾ ਰੰਗ ਜ਼ਿਆਦਾ ਫੇਵਰਿਟ ਸੀਗਾ ਉਹ ਬੰਨਦੇ ਹੁੰਦੇ ਸੀਗੇ ਪਰ ਉਸ ਦਿਨ ਸੰਤਾਂ ਨੇ ਪੀਲੀ ਦਸਤਾਰ ਬੰਨੀ ਸੀਗੀ ਅੱਛਾ ਜੀ ਕੁਝ ਗੱਜੜੇ ਪੱਤਰਕਾਰ ਸੀ ਉਹਨਾਂ ਨੇ ਪੁੱਛਿਆ ਵੀ ਸੰਤ ਜੀ ਅੱਜ ਕੀ ਗੱਲ ਤੁਸੀਂ ਇਹ ਪੁਲਿਸ ਤੋਂ ਕੋਈ ਪਾਸਾ ਵੱਟਣ ਵਾਸਤੇ ਚੇਂਜ ਕੀਤਾ ਕਹਿੰਦੇ ਨਹੀਂ ਕਹਿੰਦੇ ਸਾਡੀ ਰਵਾਇਤ ਹੈ ਸਾਡੇ ਪਰਿਵਾਰਾਂ ਦੇ ਵਿੱਚ ਜਦੋਂ ਕੋਈ ਕਿਸੇ ਮੁੰਡੇ ਦਾ ਵਿਆਹ ਹੁੰਦਾ ਤਾਂ ਉਹ ਜਿਹੜੀ ਕੇਸਰੀ ਦਸਤਾਰ ਸਜਾਉਂਦਾ ਦੇਖੋ ਮੈਂ ਬੇਨਤੀ ਕਰਦਾ ਵੀ ਉਸ ਤੋਂ ਪਹਿਲਾਂ 19 ਨੂੰ ਮਹਾਂਪੁਰਖਾਂ ਨੇ ਮੀਟਿੰਗ ਰੱਖੀ ਫਿਰ 26-27 ਮਈ ਨੂੰ ਵੀ ਮੀਟਿੰਗ ਹੋਈ ਹਾਂਜੀ ਤੇ ਉਸ ਤੋਂ ਬਾਅਦ 1 ਜੂਨ ਦਾ ਦਿਨ ਆਇਆ ਠੀਕ ਆਪਾਂ 1 ਜੂਨ ਤੇ ਥੋੜੀ ਜਿਹੀ ਵਿਚਾਰ ਕਰ ਲਈਏ ਵੀ ਹਾਲਾਤ ਕਿਵੇਂ ਚੇਂਜ ਹੋਏ 1,00,000 ਤੋਂ ਸਾਰੇ ਹਾਂਜੀ ਕਿਉਂਕਿ ਉਦੋਂ ਪਹਿਲਾਂ ਸੰਤਾਂ ਨੇ ਮੰਜੀ ਸਾਹਿਬ ਹਾਲ ਜਾਣੋ ਛੱਡ ਦਿੱਤਾ ਸੀਗਾ ਕੁਝ ਸਮਾਂ ਪਹਿਲਾਂ ਅੱਛਾ ਜੀ ਕਿਉਂਕਿ ਜਿਹੜੇ ਸਾਡੇ ਭਰਾ ਸੀਗੇ ਉਹ ਨਹੀਂ ਸੀ ਚਾਹੁੰਦੇ ਕਿ ਇਸ ਤਰ੍ਹਾਂ ਦੀ ਗੱਲਬਾਤ ਇੱਥੇ ਕੋਈ ਸੰਤ ਬੋਲਣ ਜਾਂ ਗੱਲ ਕਰਨ ਅੱਛਾ ਜੀ ਤੇ ਮਤਲਬ ਕਿ ਉਹ ਇੱਕ ਮਤਲਬ ਕਿ ਵਿਚਾਰਧਾਰਾ ਜਿਹੜੀ ਸੀ ਉਹ ਗੁਰੂ ਰਾਮਦਾਸ ਲੰਗਰ ਤੋਂ ਜਿਹੜਾ ਜਥਾ ਜਾਂਦਾ ਸੀ ਉੱਥੋਂ ਤੋਰਦੇ ਸੀਗੇ ਅੱਛਾ ਜੀ ਦਿਨ ਬ ਦਿਨ ਆਪਸ ਵਿੱਚ ਵੀ ਕਸ਼ਮਕਸ਼ ਵੱਧਦੀ ਜਾ ਰਹੀ ਸੀ